एलन मस्क ਨੇ ਟਵਿੱਟਰ ਤੇ ਹੰਟਰ ਬਾਈਡਨ ਦੀ ਕਹਾਣੀ ਨੂੰ ਕਵਰ ਅਪ ਕੀਤੇ ਜਾਣ ਦੇ ਫੈਸਲੇ ਦੀ ਅਸਲੀਅਤ ਨੂੰ ਸਾਹਮਣੇ ਲਿਆਏ ਨੇ ਦਰਅਸਲ ਮਸਕ ਨੇ ਆਪਣੀ ਮਾਈਕਰੋ ਬਲੌਗਿੰਗ ਸਾਈਟ ਤੇ ਟਵਿੱਟਰ ਫਾਈਲਜ਼ ਨਾਂ ਦੀ ਸੀਰੀਜ਼ ਸ਼ੁਰੂ ਕੀਤੀ ਹੈ ਇਸ ਦੇ ਤਹਿਤ ਉਹ ਟਵਿੱਟਰ ਤੇ ਸੈਂਸਰਸ਼ਿਪ ਅਤੇ ਸੂਚਨਾ ਨੂੰ ਦਬਾਉਣ ਨਾਲ ਜੁੜੀ ਜਾਣਕਾਰੀ ਸਾਂਝੀ ਕਰ ਰਹੇ ਨੇ ਨਿਊਯਾਰਕ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਦੇ بیٹے ਹੰਟਰ ਵਾਈਡਨ ਦੀ ਬਦਨਾਮੀ ਅਤੇ 2 ਸਾਲ ਪਹਿਲਾਂ ਯਾਨੀ 2020 ਵਿੱਚ ਵਾਈਡਨ ਵੱਲੋਂ ਕੀਤੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਗਿਆ ਸੀ। ਹੰਟਰ ਦੇ ਲੈਪਟਾਪ ਤੋਂ ਮਿਲੇ ਡਾਟਾ ਤੋਂ ਇਹ ਖੁਲਾਸਾ ਹੋਇਆ ਇਸ ਦੇ ਅਨੁਸਾਰ ਹੰਟਰ ਨੇ ਪਿਤਾ ਜੋ ਵਾਈਡਨ ਦੀ ਪਹੁੰਚ ਦਾ ਫਾਇਦਾ ਉਠਾਉਂਦੇ ਹੋਏ ਸਟਿਪਰਾਂ ਅਤੇ ਕਾਲ ਗਰਲਸ ਤੇ ਲੱਖਾਂ ਡਾਲਰ ਖਰਚ ਕੀਤੇ। ਵਾਈਡਨ ਦੀ ਟੀਮ ਨੇ ਖਬਰਾਂ ਨੂੰ ਦਬਾਉਣ ਅਤੇ ਟਵਿੱਟਰ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ। ਹੁਣ ਮਸਕ ਨੇ ਟਵਿੱਟਰ ਦੀ ਸੈਂਸਰਸ਼ਿਪ ਨੀਤੀ ਨਾਲ ਜੁੜੇ ਵੇਰਵੇ ਜਨਤਕ ਕੀਤੇ ਨੇ ਪੱਤਰਕਾਰ ਦੇ ਮੁਤਾਬਕ 14 ਅਕਤੂਬਰ 2020 ਨੂੰ ਨਿਊਯਾਰਕ ਪੋਸਟ ਨੇ ਹੰਟਰ ਬਾਈਡਨ ਦੇ ਲੈਪਟਾਪ ਤੋਂ ਗੁਪਤ ਈਮੇਲ ਪ੍ਰਕਾਸ਼ਿਤ ਕੀਤੇ ਇਸ ਦੇ ਆਧਾਰ ਤੇ ਲੱਖਾਂ ਡਾਲਰ ਆਯਾਸ਼ੀ ਤੇ ਖਰਚ ਕੀਤੇ ਜਾਣ ਦਾ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਸੀ ਇਸ ਤੋਂ ਬਾਅਦ ਇਹ ਖਬਰ ਟਵਿੱਟਰ ਤੇ ਸ਼ੇਅਰ ਕੀਤੀ ਗਈ ਪੱਤਰਕਾਰ ਮੈਟ ਦੇ ਟਵੀਟ ਮੁਤਾਬਕ ਟਵਿੱਟਰ ਕੰਪਨੀ ਨੇ ਇਸ ਖਬਰ ਨੂੰ ਦਬਾਉਣ ਦੇ ਲਈ ਅਸਾਧਾਰਨ ਕਦਮ ਚੁੱਕੇ ਸਨ ਕੰਪਨੀ ਨੇ ਡਾਇਰੈਕਟ ਮੈਸੇਜ ਰਾਹੀਂ ਟਵੀਟ ਭੇਜਣ ਦੇ ਬਦਲ ਨੂੰ ਬਲੌਕ ਕਰ ਦਿੱਤਾ। ਬਾਲ ਅਸ਼ਲੀਲਤਾ ਨਾਲ ਜੁੜੇ ਗੰਭੀਰ ਮੁੱਦੇ ਤੇ ਅਜਿਹੇ ਕਦਮ ਚੁੱਕੇ ਜਾਂਦੇ ਨੇ। ਕੰਪਨੀ ਨੇ ਖਬਰਾਂ ਨਾਲ ਜੁੜੇ ਸਾਰੇ ਲਿੰਕਾਂ ਨੂੰ ਹਟਾਉਂਦੇ ਹੋਏ ਅਸੁਰੱਖਿਆਤ ਚੇਤਾਵਨੀ ਪੋਸਟ ਕੀਤੀ। ਇਹ ਸਾਰੇ ਫੈਸਲੇ ਕੰਪਨੀ ਦੇ ਉੱਚ ਅਧਿਕਾਰੀਆਂ ਨੇ ਲਏ ਨੇ ਹਾਲਾਂਕਿ ਤਤਕਾਲੀ ਸੀਈਓ ਜੈਕ ਡੋਰਸੀ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕੰਪਨੀ ਦੇ ਕਾਨੂੰਨੀ ਨੀਤੀ ਅਤੇ ਟਰਸਟ ਦੇ ਮੁਖੀ ਵਿਜੇ ਗੱਡੇ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਇੱਕ ਅਧਿਕਾਰੀ ਨੇ ਵਿਜੇ ਗੱਡੇ ਨੂੰ ਕਿਹਾ ਕਿ ਉਸ ਨੂੰ ਸਮਝ ਨਹੀਂ ਆਉਂਦੀ ਕਿ ਹੰਟਰ ਬਾਈਡਨ ਦੇ ਨਾਲ ਜੁੜੀਆਂ ਖਬਰਾਂ ਆਸੁਰੱਖਿਆਤ ਕਿਵੇਂ ਨੇ ਲੈਪਟਾਪ ਤੋਂ ਮਿਲੀ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਕੁਝ ਸੂਤਰਾਂ ਨੇ ਕਿਹਾ ਕਿ ਹੰਟਰ ਬਾਈਡਨ ਦਾ ਲੈਪਟਾਪ ਹੈਕ ਹੋ ਗਿਆ ਸੀ ਇਸ ਤੇ ਇੱਕ ਟਵਿੱਟਰ ਕਰਮਚਾਰੀ ਨੇ ਕਿਹਾ ਸੀਗਾ ਕਿ ਇਹ ਸਭ ਅਫਵਾਹ ਹੈ ਹੰਟਰ ਵਾਈਡਨ ਲੈਪਟਾਪ ਵਿਵਾਦ ਅਮਰੀਕਾ ਵਿੱਚ 2020 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਸਾਹਮਣੇ ਆਇਆ ਸੀ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਚੋਣ ਜਿੱਤਣ ਦੇ ਲਈ ਇਹ ਮੁੱਦਾ ਉਠਾ ਕੇ ਬਾਈਡਨ ਤੇ ਦਬਾਅ ਬਣਾਇਆ ਉਹਨਾਂ ਨੇ ਕਿਹਾ ਸੀਗਾ ਕਿ ਬਾਈਡਨ ਨੂੰ ਚੋਣ ਨਹੀਂ ਲੜਨੀ ਚਾਹੀਦੀ ਟਰੰਪ ਇਸ ਮਾਮਲੇ ਦੀ ਐਫਵੀਆਈ ਜਾਂਚ ਚਾਹੁੰਦੇ ਸੀ ਟਰੰਪ ਨੂੰ ਚੋਣ ਪ੍ਰਚਾਰ ਦੌਰਾਨ ਬਹੁਤ ਗੁੱਸੇ ਵਿੱਚ ਦੇਖਿਆ ਜਾ ਰਿਹਾ ਸੀ ਕਿਉਂਕਿ ਮੀਡੀਆ ਹੰਟਰ ਬਾਈਡਨ ਨੂੰ ਬੇਨਕਾਬ ਨਹੀਂ ਕਰ پا ਰਿਹਾ ਸੀ ਦੂਜੇ ਪਾਸੇ ਟਵਿੱਟਰ ਖਰੀਦਣ ਤੋਂ ਬਾਅਦ ਮਸਕ ਨੇ ਟਵਨ ਟਰੰਪ ਦੇ ਟਵਿੱਟਰ ਹੈਂਡਲ ਨੂੰ ਵੀ ਬਹਾਲ ਕਰ ਦਿੱਤਾ ਹਾਲਾਂਕਿ ਟਰੰਪ ਨੇ ਕਿਹਾ ਸੀਗਾ ਕਿ ਉਹ ਹੁਣ ਟਵਿੱਟਰ ਤੇ ਕੁਝ ਵੀ ਲਿਖਣ ਦੇ ਪੱਖ 'ਚ ਨਹੀਂ ਹਨ ਮਸਕ ਟਰੰਪ ਸਮਰਥਕ ਨੇ ਹਾਲ ਹੀ ਵਿੱਚ ਹੋਈਆਂ ਅਮਰੀਕੀ ਮਿਡਟਰਮ ਚੋਣਾਂ ਵੇਲੇ ਮਸਕ ਨੇ ਲੋਕਾਂ ਨੂੰ ਸਾਬਕਾ ਰਾਸ਼ਟਰਪਤੀ ਟਰੰਪ ਦੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਸੀ